ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਨ ਗੁਰੂ ਰਾਮਦਾਸ ਜੀ ਮਹਾਰਾਜ ਜਦੋਂ ਕਿਰਪਾ ਕਰਦੇ ਨੇ ਤਾਂ ਵੱਡੇ ਵੱਡੇ ਰੋਗਾਂ ਨੂੰ ਵੀ ਨਾਸ਼ ਕਰ ਦਿਆ ਕਰਦੇ ਨੇ ਇਸੇ ਪ੍ਰਕਾਰ ਹੀ ਤਾਨ ਗੁਰੂ ਰਾਮਦਾਸ ਜੀ ਮਹਾਰਾਜੀ ਨੇ ਭਾਈ ਕਾਲਾ ਸਿੰਘ ਜੀ ਨੂੰ ਮੋਇਆਂ ਤੋਂ ਜਿਉਂਦਾ ਕਰ ਛੱਡਿਆ ਅਸੀਂ ਪਿਛਲੀ ਵੀਡੀਓ ਵਿੱਚ ਆਪ ਜੀ ਨਾਲ ਭਾਈ ਕਾਲਾ ਸਿੰਘ ਜੀ ਬਾਰੇ ਵਿਚਾਰ ਸਾਂਝੇ ਕੀਤੇ ਸਨ ਕਿ ਕਿਵੇਂ ਉਹਨਾਂ ਨੇ ਹਜ਼ੂਰ ਸਾਹਿਬ ਦਰਬਾਰ ਸਾਹਿਬ ਉੱਪਰ ਕਬਜ਼ਾ ਕੀਤੇ ਹੋਏ ਗੁੰਡਿਆਂ ਨੂੰ ਸੋਧਾ ਲਾਇਆ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਅਤੇ ਜਿਸ ਤੋਂ ਬਾਅਦ ਉਹ ਪੁਲਿਸ ਦੇ ਗ੍ਰਸਤ ਵਿੱਚੋਂ ਫਰਾਰ ਹੋ ਗਏ ਅਤੇ ਨਾਨਕਚੀਰਾ ਪਹੁੰਚ ਗਏ ਇਸ ਤੋਂ ਬਾਅਦ ਜਦੋਂ ਨਾਨਕਚੀਰਾ ਪਹੁੰਚੇ ਤਾਂ ਉਹਨਾਂ ਨੇ ਕੀ ਦੇਖਿਆ ਕਿ ਕੁਝ ਗੁੰਡਿਆਂ ਨੇ ਉੱਥੇ ਵੀ ਗੁਰਦੁਆਰਾ ਸਾਹਿਬ ਉੱਪਰ ਕਬਜ਼ਾ ਕੀਤਾ ਹੋਇਆ ਸੀ ਅਤੇ ਕੁਝ ਹੋਰ ਸਿੰਘਾਂ ਦੀ ਸਹਾਇਤਾ ਨਾਲ ਉਹਨਾਂ ਨੇ ਕਈ ਬਦਮਾਸ਼ਾਂ ਨੂੰ ਝਟਕਾਇਆ ਅਤੇ ਗੁਰਦੁਆਰਾ ਸਾਹਿਬ ਨੂੰ ਕਬਜ਼ੇ ਤੋਂ ਛੁਡਵਾਇਆ ਇਹਨਾਂ ਸਾਰਿਆਂ ਮੋਰਚਿਆਂ ਤੇ ਉਹਨਾਂ ਨੇ ਤਕਰੀਬਨ 45 ਬਦਮਾਸ਼ਾਂ ਨੂੰ ਝਟਕਾ ਕੇ ਜਹੰਪੂਰੀ ਨੂੰ ਤੋੜਿਆ। ਕਿਹਦੇ ਦਿਨ ਪੁਲਿਸ ਨੇ ਜਦੋਂ ਉਹਨਾਂ ਨੂੰ ਫੜ ਕੇ ਮੈਜਿਸਟਰੇਟ ਦੇ ਅੱਗੇ ਪੇਸ਼ ਕੀਤਾ ਤਾਂ ਅਦਾਲਤ ਨੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਕਾਲਾ ਸਿੰਘ ਝੱਟ ਬੋਲ ਪਿਆ ਮੈਂ 45 ਕਤਲ ਕੀਤੇ ਨੇ। ਘਟੋ ਘਟ ਮੈਨੂੰ 45 ਸਾਲ ਦੀ ਸਜ਼ਾ ਤਾਂ ਕਰੋ ਜਾਂ ਫਿਰ ਮੈਨੂੰ ਉਮਰ ਪਰ ਜੇਲ੍ਹ ਵਿੱਚ ਰੱਖੋ। ਤਾਂ ਜਾਜੇ ਨੇ ਵੀ ਅੱਗੇ ਉਹ ਫਿਰ ਐਸਾ ਹੀ ਹੁਕਮ ਕਰ ਦਿੱਤਾ। ਕਿਹਦੇ ਨੇ ਕਾਲਾ ਸਿੰਘ ਫਿਰ ਹਿੰਦੁਸਤਾਨ ਦੀਆਂ ਕਈ ਵੱਡੀਆਂ-ਵੱਡੀਆਂ ਜੇਲਾਂ ਵਿੱਚ ਰੋਲਦਾ ਰਿਹਾ ਉਸ ਤੋਂ ਬਾਅਦ ਉਸ ਨੂੰ ਕਈ ਭਿਆਨਕ ਰੋਗ ਲੱਗੇ ਇੱਥੋਂ ਤੱਕ ਕਿ ਉਹਨੂੰ ਦੋਵੇਂ ਪਾਸਿਆਂ ਤੋਂ ਲੱਕਵਾ ਮਾਰ ਗਿਆ ਨਾ ਤਾਂ ਉਸਦੇ ਹੱਥ ਕੰਮ ਕਰਦੇ ਸਨ ਨਾ ਹੀ ਪੈਰ ਕੋਈ ਆਦਮੀ ਉਸਦੇ ਮੂੰਹ ਵਿੱਚ ਰੋਟੀ ਪਾਉਂਦਾ ਸੀ ਪਰ ਹਰ ਰੋਜ਼ ਐਨ 2:00 ਵਜੇ ਰੋਜ਼ ਪ੍ਰਭੂ ਵੱਲੋਂ ਉਸਤੇ ਮੋਹ ਤੇ ਪਾਣੀ ਦੇ ਛਿੱਟੇ ਵੱਜਦੇ ਸਨ ਤੇ ਉਹ ਜਾਗ ਪੈਂਦਾ ਸੀ ਤਾਂ ਫਿਰ ਉਹ ਨਾਮ ਅਭਿਆਸ ਕਰਦਾ ਤੇ ਬਾਣੀ ਦਾ ਪਾਠ ਕਰਨ ਲੱਗ ਜਾਂਦਾ 1972 ਦੇ ਦਿਨਾਂ ਵਿੱਚ ਜਥੇਦਾਰ ਕਰਤਾਰ ਸਿੰਘ ਟੱਕਰ ਜਦ ਜੇਲ ਵਿੱਚ ਗਏ ਤਾਂ ਕਰਤਾਰ ਸਿੰਘ ਟੱਕਰ ਦਾ ਕਹੜਾ ਸਿੰਘ ਨਾਮ ਲਾਪ ਹੋ ਗਿਆ ਤਾਂ ਉਹਨਾਂ ਨੇ ਕਹੜਾ ਸਿੰਘ ਨੂੰ ਕਿਹਾ ਕਿ ਮੈਂ ਤੈਨੂੰ ਇਸ ਜੇਲ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਜ਼ਰੂਰ ਕਰਾਂਗਾ ਜੇਲ ਤੋਂ ਬਾਹਰ ਆ ਕੇ ਕਰਤਾਰ ਸਿੰਘ ਟੱਕਰ ਨੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਮਿਲਿਆ ਤੇ ਕਹੜਾ ਸਿੰਘ ਦੀ ਰਿਹਾਈ ਲਈ ਉਸ ਨੂੰ ਪ੍ਰੇਰਣਾ ਕੀਤੀ ਪਰ ਮੁੱਖ ਮੰਤਰੀ ਬੰਸੀ ਲਾਲ ਨੇ ਕਿਹਾ ਜੇਕਰ ਜੇਲ ਦਾ ਚੀਫ ਮੈਡੀਕਲ ਅਫਸਰ ਉਸਨੂੰ ਚੈੱਕ ਕਰਕੇ ਇਹ ਸਰਟੀਫਿਕੇਟ ਦੇ ਦੇਵੇ ਕਿ ਕਾਲਾ ਸਿੰਘ ਦੀ ਬਿਮਾਰੀ ਲਾ ਇਲਾਜ ਹੈ ਤਾਂ ਉਸਨੂੰ ਛੁੱਟੀ ਮਿਲ ਸਕਦੀ ਹੈ ਤੇ ਫਿਰ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਕਰਤਾਰ ਸਿੰਘ ਟੱਕਰ ਨੇ ਚੀਫ ਮੈਡੀਕਲ ਅਫਸਰ ਤੋਂ ਕਿਸੇ ਤਰੀਕੇ ਸਰਟੀਫਿਕੇਟ ਲੈ ਲਿਆ ਅਤੇ ਕਾਲਾ ਸਿੰਘ ਨੂੰ ਛੁੱਟੀ ਮਿਲ ਗਈ ਇਲਾਜ ਕਰਵਾਉਣ ਲਈ ਹੁਣ ਕਰਤਾਰ ਸਿੰਘ ਉਸਨੂੰ ਪੀਜੀਆਈ ਚੰਡੀਗੜ੍ਹ ਵਿੱਚ ਲਿਜਾਣਾ ਚਾਹੁੰਦਾ ਸੀ ਪਰ ਕਹੜਾ ਸਿੰਘ ਬੜੇ ਕਹੜਾ ਪੈ ਗਿਆ ਕਿ ਮੈਂ ਤਾਂ ਗੁਰੂ ਰਾਮ ਦਾ ਸਰੋਵਰ ਅੰਮ੍ਰਿਤਸਰ ਵਿੱਚ ਹੀ ਇਸ਼ਨਾਨ ਕਰਨਾ ਹੈ ਜਿੱਥੋਂ ਕਿ ਉਸ ਨੂੰ ਜੀਵਨ ਦੀ ਖੈਰ ਮਿਲ ਸਕਦੀ ਹੈ ਉਹੀ ਦਿਨੀ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ ਟੋਹੜਾ ਪਟਿਆਲੇ ਆਏ ਹੋਏ ਸਨ ਟੱਕਰ ਸਿੰਘ ਨੇ ਉਸ ਨੂੰ ਅੰਬਾਲੇ ਤੋਂ ਟੈਲੀਫੋਨ ਕੀਤਾ ਕਿ ਉਹ ਅੰਮ੍ਰਿਤਸਰ ਟੈਲੀਫੋਨ ਕਰਕੇ ਕਹੇ ਕਿ ਚਾਰ ਸੇਵਾਦਾਰ ਦਰਬਾਰ ਸਾਹਿਬ ਤੋਂ ਆ ਕੇ ਸਟੇਸ਼ਨ ਤੋਂ ਕਹੜਾ ਸਿੰਘ ਨੂੰ ਗੱਡੀ ਵਿੱਚ ਉਤਾਰ ਕੇ ਲੈ ਜਾਣ ਉਹਨਾਂ ਦੇ ਇਸ਼ਨਾਨ ਦਾ ਬੰਦੋਬਸਤ ਕਰਨ ਤੇ ਅਕਤੂਬਰ 1973 ਨੂੰ ਸੇਵਾਦਾਰ ਉਸ ਨੂੰ ਸਟੇਸ਼ਨ ਤੋਂ ਸਟੈਚਰ ਤੇ ਪਾ ਕੇ ਦਰਬਾਰ ਸਾਹਿਬ ਲੈ ਆਏ ਤੇ 12 ਅਕਤੂਬਰ ਨੂੰ ਉਸ ਨੂੰ ਦੁੱਖਪੰਜਨੀ ਬੇਰੀ ਦੇ ਸਥਾਨ ਤੇ ਲਜਾਇਆ ਗਿਆ ਉਹਨਾਂ ਦਿਨਾਂ ਵਿੱਚ ਸਰੋਵਰ ਸਾਹਿਬ ਦੀ ਕਾਰ ਸੇਵਾ ਹੋ ਰਹੀ ਸੀ ਕਹਿੰਦੇ ਨੇ ਸੇਵਾਦਾਰਾਂ ਨੇ ਬੜੀ ਮੁਸ਼ਕਲ ਨਾਲ ਉਸ ਲਾਸ਼ ਨੂੰ ਪੋੜੀਆਂ ਤੋਂ ਥੱਲੇ ਉਤਾਰਿਆ ਤੇ ਪਾਣੀ ਵਿੱਚ ਲਟਾ ਦਿੱਤਾ ਕਹਾਲਾ ਸਿੰਘ ਦੇ ਕਥਨ ਅਨੁਸਾਰ ਜਿਵੇਂ ਹੀ ਉਹ ਅੰਮ੍ਰਿਤ ਜਲ ਵਿੱਚ ਲੇਟਿਆ ਤਦ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਗਰਮ ਗਰਮ ਪਾਣੀ ਦੇ ਉਸ ਦੇ ਸਰੀਰ ਉੱਪਰ ਪਾਇਆ ਬਿਜਲੀਲੇ ਫਰਾਰੇ ਵਿੱਚੋਂ ਉਸ ਦੇ ਸਾਰੇ ਜਿਸਮ ਵਿੱਚ ਜਿਵੇਂ ਖੂਨ ਦੌੜ ਪਿਆ ਹੋਵੇ ਉਸ ਦਾ ਅੰਗ ਅੰਗ ਫੜਕਣ ਲੱਗ ਪਿਆ ਉਹ ਮਹਿਸੂਸ ਕਰਨ ਲੱਗਾ ਕਿ ਉਸ ਨੂੰ ਹੁਣ ਨਵਾਂ ਜੀਵਨ ਮਿਲ ਗਿਆ ਝਟਪਟ ਉਸ ਨੇ ਚੌਂਕੜੀ ਮਾਰ ਲਈ ਨਾਲ ਹੀ ਉਸਦੇ ਮਾਨੇ ਕਿਹਾ ਤੂੰ ਬਿਲਕੁਲ ਨਵਾਂ ਨਰੋਇਆ ਹੋ ਗਿਆ ਤੇ ਤੇਰੇ ਸਾਰੇ ਦੁੱਖ ਕੱਟੇ ਗਏ ਨੇ ਜੋਸ਼ ਵਿੱਚ ਆ ਕੇ ਉਸਨੇ ਜੇਕਾਰਾ ਗਜਾਇਆ ਸੇਵਾਦਾਰਾਂ ਨੇ ਸਮਝਿਆ ਕਿ ਉਸਨੇ ਇਸ਼ਨਾਨ ਕਰ ਲਿਆ ਹੋਣਾ ਅਤੇ ਉਸਨੂੰ ਪ੍ਰਕਰਮਾਂ ਵਿੱਚ ਲਜਾਣ ਲਈ ਸਰੋਵਰ ਵਿੱਚ ਉਤਰੇ ਪਰ ਹੈਰਾਨੀ ਦੀ ਗੱਲ ਨਾ ਰਹੀ ਕਿ ਕਾਲਾ ਸਿੰਘ ਦਾ ਜਲ ਵਿੱਚ ਖੜਾ ਸੀ ਉੱਪਰ ਆਉਣ ਦੀ ਕੋਸ਼ਿਸ਼ ਕਰ ਰਿਹਾ ਸੀ ਸੇਵਾਦਾਰ ਉਸਨੂੰ ਚੁੱਕ ਕੇ ਲਿਜਾਣਾ ਚਾਹੁੰਦੇ ਸਨ ਪਰ ਉਹ ਗੁਰੂ ਰਾਮਦਾਸ ਜੀ ਦੇ ਬਲ ਨਾਲ ਉਹ ਪਿਛੇ ਉੱਪਰ ਚੜਾ ਆ ਤੇ ਉਸਨੇ ਆਪਣੇ ਪੈਰਾਂ ਨਾਲ ਵੱਡੀ ਪ੍ਰਕਰਮਾ ਕਰਕੇ ਹਰਮੰਦਰ ਸਾਹਿਬ ਜਾ ਕੇ ਮੱਥਾ ਟੇਕਿਆ ਅਤੇ ਮੁਰ ਦੁੱਖ ਭੰਜਣੀ ਬੇਰੀ ਕੋਲ ਆ ਕੇ ਬੈਠ ਗਿਆ। ਉਹਨੇ ਦਿਨ ਸਾਰੇ ਸ਼ਹਿਰ ਵਿੱਚ ਖਬਰ ਅੱਗ ਦੀ ਤਰ੍ਹਾਂ ਫੈਲ ਗਈ। ਹਜ਼ਾਰਾਂ ਦੀ ਗਿਣਤੀ ਵਿੱਚ ਹੀ ਸੰਗਤ ਉੱਥੇ ਇਕੱਠੀ ਹੋ ਗਈ। ਉਹਨਾਂ ਵਿੱਚੋਂ ਕਈ ਬਹੁਤ ਹੀ ਸ਼ਰਧਾਲੂ ਸਨ ਅਤੇ ਕਈ ਇਹੋ ਜਿਹੇ ਵੀ ਸਨ ਜਿਨ੍ਹਾਂ ਨੂੰ ਯਕੀਨ ਨਹੀਂ ਸੀ ਹੁੰਦਾ ਕਿ ਇਹੋ ਜਿਹਾ ਵੀ ਕੁਝ ਹੋ ਸਕਦਾ। ਜੇਲ੍ਹ ਵਿੱਚੋਂ ਬਾਹਰ ਆਉਣ ਲੱਗਿਆ ਜਦੋਂ ਉਸ ਦੀ ਫੋਟੋ ਲਈ ਗਈ ਸੀ ਉਹ ਉਸਨੇ ਸਭ ਨੂੰ ਵਿਖਾਈ ਕਿਸੇ ਨੂੰ ਵੀ ਦੇਖ ਕੇ ਯਕੀਨ ਨਾ ਆਵੇ ਕਿ 5 ਦਿਨ ਪਹਿਲਾਂ ਹੋਈ ਏ ਫੋਟੋ ਇਹ ਉਸੇ ਜਿਉਂਦੇ ਜਾਗਦੇ ਮਰਦੇ ਦੀ ਹੈ ਪਰ ਗੁਰੂ ਰਾਮਦਾਸ ਜੀ ਦੀ ਮਿਹਰ ਨਾਲ ਇੱਕ ਲਾ ਇਲਾਜ ਬਿਮਾਰੀ ਖਤਮ ਹੋ ਗਈ ਅਤੇ ਉਹ ਨਿਰੋਗ ਇਨਸਾਨ ਹੋ ਗਿਆ ਅਨੁਮੋਤੀਆਂ ਨੇ ਉਸ ਨੂੰ ਕਈ ਵਿੰਗੇ ਟੇਡੇ ਸਵਾਲ ਪੁੱਛੇ ਪਰ ਉਸਨੇ ਸਭ ਦੀ ਤਸੱਲੀ ਕਰਵਾ ਦਿੱਤੀ ਸੱਚਮੁੱਚ ਹੀ ਗੁਰੂ ਸਾਹਿਬ ਪ੍ਰਤੱਖ ਕਰਾਮਾਤੀ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ